ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਅੱਜ ਦਾ ਫੁਰਮਾਨ ਇੱਕ ਓ ਅੰਕਾਰ ਸਾਤੇ ਗੁਰ ਪ੍ਰਸਾਦਿ सोराठी महल्ला पंजवा कारू पहला अशट पदिया ओंकार साथे गोर प्रसाद साबु जागु जिन हे उपाया पाई, करण कारण समराथू जीओ पेंडू जेने सादिया भाई देखारे अपनी वाथु केमे कहिया क्यों देखिया भाई करता एकू अकाथू गुरु गोवेन्दू ਸੁਲਾਹੀਆ ਪਾਈ ਜਿਸਤੇ ਜਾ ਪੈਤਾ ਤੁ ਮੇਰੇ ਮਨ ਜਪੀਆ ਹਰੇ ਭਗਵੰਤਾ ਨਾਮ ਧਾਨੂ ਦੇ ਇਹ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਕਾਰ ਸਬੂ ਕੇਚੂ ਹੈ ਭਾਈ ਨੌਨੇ ਦੇ ਪਰੇ ਪੰਡਾਰ ਤੇਸ ਕੀ ਕੀਮਤੇ ਨਾਪ ਵੈ ਭਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤੀ ਪਾਲਦਾ ਪਾਈ ਨੇਤ ਨੇਤ ਕਰਦਾ ਸਾਰ ਸਾਤੇ ਗੌਰ ਪੂਰਾ ਪੇਤੀਆ ਭਾਈ ਸਬਦੇ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਆਹੇ ਭਾਈ ਪ੍ਰਾਮੋ ਪਾਉ ਹੋ ਵੈਨਾਸੂ ਮੈਲੇ ਸੰਤ ਸਵਾ ਮਾਨੂ ਮੰਜਿਆ ਪਾਈ हरि के नामे निवासु मिटे अंधेरा अगे आनता पाई कमल हो वै पर गासु गोर बचनी सोखु उपजै पाई साबे फाल साते गोर पासे मेरा तेरा ਛੋੜਿਆ ਭਾਈ ਹੋਈਏ ਸਭ ਕੀ ਧੂਰੇ ਕਾਟੇ ਕਾਟੇ ਬ੍ਰਹਮੂ ਪਸਾਰੇ ਆ ਭਾਈ ਪੇਖ ਸੋੜਾ ਹਜੂਰੇ ਜੇ ਤੂੰ ਦੇਨੇ ਵਸਰਾ ਪਾਰ ਬ੍ਰਹਮੂ ਭਾਈ ਤੇ ਤੂੰ ਦੇਨੇ ਮਰੀਆ ਝੂਰੇ करणन समरथो पाइ सर्वपूरे प्रेम नाम है पाई, माया मोह विनाशु तेसु पावता मेल ले पाई

गोरे पूरा संतोया पाई ओहने से लागा पाओ रस न पाई सओ करनि सोण सोने सोणे जीव नालो ਪਾਈ ਆਥਾਉ ਜੀਸੂ ਪਰਤੇਤੇਨਾ ਆਵਈ ਪਾਈ ਸੋ ਜਿੜਾ ਜਾਲੇ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਸਕ ਬਲੀ ਜਾਓ ਓ ਨੈਰਗੁਣੀਆਰੇ ਪਾਲਦਾ ਪਾਈ ਦੇ ਇਹਨੇ 타ਵੇ thao ਰਿਜਾ ਕੋ ਸੰਭਾਹੇ ਸਾਸੇ ਸਾਸੇ ਭਾਈ ਗੂੜਾ ਜਾ ਕਾ ਨਾਉ ਜੇ ਸੁ ਗੁਰੂ ਸਾਚਾ ਪੇਟੀਆ ਭਾਈ ਪੂਰਾ ਤੈਸੂ ਕਰਮਾਉ ਤੈਸੂ 베ਨੂ ਕੜੀ ਨਾ ਜੀਵਿਆ ਭਾਈ सर्ब कला परपूरे सासे गे रासे ना विसरै पाई पेखव सदाह जूरे सादू सांगे मिलाया पाई सर्व रहया परपूरे जिन्ना

ಅಂಗು ಅಪಾರು ಮಾನು ತಾನು ಹೋಯಾಪಾಯಿ. ಮಾನ ತಾ ಸೀತು ಹೋ ಪಾಯಾರತಿ ಪಾಯಿ ಕೆಲ ಬೆಖ ಕಾಟಣ ಹಾರು ಮಾನು ತಾನು ಸಿತ್ತೋ ಹೋಯಾಪಾಯಿ. ਪੂਜਾ ਨੂੰ ਨਾਮ ਅਧਾਰੂ ਨਾਨਕ ਤੇ ਸੁ ਸਰਣਾਗਤੀ ਪਾਈ ਜੇ ਕੇ ਲਬੇਖ ਕਾਟਣ ਹਾਰੂ ਆਰਥ ਹੇ ਮੇਰੇ ਮਨ ਸਦਾ ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਰਹਾਉ ਏ ਭਾਈ ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਸ ਨੇ ਆਪਣੀ ਸਤਿਆ ਦੇ ਕੇ ਮਨੁੱਖ ਦਾ ਜਿੰਦ ਤੇ ਸਰੀਰ ਪੈਦਾ ਕੀਤਾ ਹੈ ਉਹ ਕਰਤਾਰ ਤਾਂ ਕਿਸੇ ਪਾਸੋਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ। हे ਭਾਈ ਉਹ ਕਰਤਾਰ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? हे ਭਾਈ ਗੋਬਿੰਦ ਦੇ ਰੂਪ ਗੁਰੂ ਦੀ ਸਿਫਤ ਕਰਨੀ ਚਾਹੀਦੀ ਹੈ। ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ। हे ਭਾਈ ਜਿਸ ਪ੍ਰਭੂ ਦੇ ਘਰ ਵਿੱਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿੱਚ ਜਗਤ ਦੇ ਸਾਰੇ ਨੌ ਹੀ ਖਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿੱਚ ਢੰਡਾਰੇ ਭਰੇ ਪਏ ਹਨ, ਉਸ ਦਾ ਮੁੱਲ ਨਹੀਂ ਪੈ ਸਕਦਾ। ਉਹ ਸਭ ਤੋਂ ਉੱਚਾ ਹੈ। ਉਹ ਅਪਹੁੰਚ ਹੈ। ਉਹ ਬਿਆੰਤ ਹੈ। ਏ ਭਾਈ ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ। ਉਹ ਸਦਾ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਉਸ ਦਾ ਦਰਸ਼ਨ ਕਰਨ ਲਈ ਏ ਭਾਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ। ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ। हे भाई सदा स्थिर रहने वाले परमात्मा के चरण हृदय में बसाए रखने चाहिए। इस तरह मन की भटकना का हर एक किस्म के डर का नाश हो जाता है। हे भाई साथ संगति में मिलके मन को साफ करना चाहिए। इस तरह परमात्मा के नाम में ਮਨ ਦਾ ਨਿਵਾਸ ਹੋ ਜਾਂਦਾ ਹੈ ਸਾਧ ਸੰਗਤ ਦੀ ਬਾਰਕਤ ਨਾਲ हे ਭਾਈ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ ਹਿਰਦੇ ਦੇ ਕੋਲ ਫੁੱਲ ਦਾ ਖੜਾਓ ਹੋ ਜਾਂਦਾ ਹੈ हे ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆ ਆਤਮਿਕ ਆਨੰਦ ਪੈਦਾ ਹੁੰਦਾ ਹੈ ਸਾਰੇ ਫਲ ਗੁਰੂ ਦੇ ਕੋਲ ਹਨ ਹੇ ਭਾਈ ਵਿਤਕਰਾ ਛੱਡ ਦੇਣਾ ਚਾਹੀਦਾ ਹੈ ਸਬਨਾ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਹੇ ਭਾਈ ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਉਹ ਸਭ ਦੇ ਅੰਗ ਸੰਗ ਹੋ ਕੇ ਸਭ ਦੇ ਕੰਮਾਂ ਨੂੰ ਵੇਖਦਾ ਹੈ ਸਵਨਾ ਦੀਆਂ ਗੱਲਾਂ ਸੁਣਦਾ ਹੈ हे ਭਾਈ ਜਿਸ ਦਿਨ ਪਰਮਾਤਮਾ ਭੁੱਲ ਜਾਏ ਉਸ ਦਿਨ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈ ਦੀ ਹੈ हे ਭਾਈ ਇਹ ਯਾਦ ਰੱਖੋ ਕਿ ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ ਜੀਵਾਂ ਬਾਸੋਂ ਕਰਾ ਸਕਣ ਵਾਲਾ ਹੈ ਪਰਮਾਤਮਾ ਵਿੱਚ ਸਾਰੀਆਂ ਤਾਕਤਾਂ ਮੌਜੂਦ ਹਨ हे ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ ਹਰ ਨਾਮ ਮੌਜੂਦ ਹੈ ਉਸ ਦੇ ਅੰਦਰੋਂ ਮਾਇਆ ਦੇ মোহ ਦਾ ਨਾਸ ਹੋ ਜਾਂਦਾ ਹੈ हे ਭਾਈ ਉਸ ਪਰਮਾਤਮਾ ਨੂੰ ਜਦੋਂ ਚੰਗਾ ਲੱਗੇ ਤਦੋਂ ਉਹ ਇਸ ਨੂੰ ਆਪਣੇ ਚਰਨਾਂ ਵਿੱਚ ਮਲਾ ਲੈਂਦਾ ਹੈ ਉਸ ਦੇ ਹਿਰਦੇ ਵਿੱਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਹੇ ਭਾਈ ਗੁਰੂ ਦੇ ਸਨਮੁਖ ਹੋਇਆ ਹਿਰਦੇ ਦਾ ਕੋਲ ਫੁੱਲ ਖੇੜ ਪੈਂਦਾ ਹੈ ਹਿਰਦੇ ਵਿੱਚ ਆਤਮਿਕ ਜੀਵਨ ਦੀ ਸੋਜੀ ਦਾ ਚਾਨਣ ਹੋ ਜਾਂਦਾ ਹੈ ਹੇ ਭਾਈ ਗੁਰੂ ਦੀ ਸਰਨ ਪਿਆ ਮਨੁੱਖ ਦੇ ਅੰਦਰ ਪਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ। ਅਤੇ ਪ੍ਰਭੂ ਦੀ ਤਾਕਤ ਨਾਲ ਹੀ ਧਰਤੀ ਖਿੜੀ ਹੋਈ ਹੈ। ਆਕਾਸ਼ ਖਿੜਿਆ ਹੋਇਆ ਹੈ। हे ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤ ਦੇ ਦਿੱਤੀ ਉਸਦੇ ਅੰਦਰ ਦਿਨ ਰਾਤ ਪ੍ਰਭੂ ਚਰਨਾ ਦਾ ਪਿਆਰ ਬਣਿਆ ਰਹਿੰਦਾ ਹੈ ਉਹ ਮਨੁੱਖ ਸਦਾ ਆਪਣੀ ਜੀਵ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਨਾਮ ਜਪਣ ਦਾ ਇਹ ਸਵਾਦ ਇਹ ਨਿਸ਼ਾਨਾ ਉਸ ਦੇ ਅੰਦਰ ਸਦਾ ਕਾਇਮ ਰਹਿੰਦਾ ਹੈ ਹੇ ਭਾਈ ਉਹ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਫਤ ਸਾਲਾਹ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹਿੰਦਾ ਹੈ ਉਹ ਪ੍ਰਭੂ ਚਰਣਾ ਵਿੱਚ ਅਟਲ ਥਾਂ ਪ੍ਰਾਪਤ ਕਰੀ ਰੱਖਦਾ ਹੈ ਪਰ ਹੇ ਭਾਈ ਜਿਸ ਮਨੁੱਖ ਨੂੰ ਗੁਰੂ ਉੱਤੇ ਇਤਬਾਰ ਨਹੀਂ ਵੱਜਦਾ ਉਸ ਦੀ ਨਿਭਾਗੀ ਜਿੰਦ ਵਿਕਾਰਾਂ ਵਿੱਚ ਸੜ ਜਾਂਦੀ ਹੈ ਆਤਮਿਕ ਮੌਤ ਸਹਿੇੜ ਲੈਂਦੀ ਹੈ ਹੇ ਭਾਈ ਮੇਰੇ ਮਾਲਕ ਪ੍ਰਭੂ ਵਿੱਚ ਬੇਅੰਤ ਗੁਣ ਹਨ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਹੇ ਭਾਈ ਉਹ ਮਾਲਕ ਗੁਣਹੀਨ ਨੂੰ ਵੀ ਪਾਲਦਾ ਹੈ ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜਕ ਅਪੜਾਂਦਾ ਹੈ ਉਸ ਦਾ ਨਾਮ ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ ਗੂੜਾ ਰੰਗ ਚਾੜ ਦਿੰਦਾ ਹੈ हे ਭਾਈ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ ਉਸ ਦੀ ਕਿਸਮਤ ਜਾਗ ਪੈਂਦੀ ਹੈ हे ਭਾਈ ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਪਰਪੂਰ ਹੈ ਉਸ ਦੀ ਜਾਦ ਤੋਂ ਬਿਨਾ ਇੱਕ ਘੜੀ ਭਰ ਵੀ ਮਨੁੱਖ ਦਾ ਆਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ ਹੇ ਭਾਈ ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਵੇਖਦਾ ਹਾਂ ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਵੀ ਨਹੀਂ ਭੁੱਲਦਾ ਹੇ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ ਹੈ ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦੇਣ ਲੱਗ ਪੈਂਦਾ ਹੈ ਪਰ हे ਭਾਈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਿਕ ਮੌਤ ਸਹੇੜਦੇ ਰਹਿੰਦੇ ਹਨ हे ਭਾਈ ਸਰਨ ਪਏ ਮਨੁੱਖ ਨੂੰ ਆਪਣੇ ਪੱਲੇ ਲਾ ਕੇ ਪ੍ਰਮਾਤਮਾ ਆਪ ਇਸ ਦੁੱਖ ਰੂਪ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਪ੍ਰਭੂ ਉਸ ਉੱਤੇ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ਉਸ ਦਾ ਬੇਅੰਤ ਪਖ ਕਰਦਾ ਹੈ हे ਭਾਈ ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦਾ ਹੈ ਸਰੀਰ ਸ਼ਾਂਤ ਹੋ ਜਾਂਦਾ ਹੈ ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖੁਰਾਕ ਖਾਂਦਾ ਹੈ ਨਾਮ ਦਾ ਸਹਾਰਾ ਲੈਂਦਾ ਹੈ ਹੇ ਨਾਨਕ ਆਖ ਹੇ ਪਾਈ ਉਸ ਪਰਮਾਤਮਾ ਦੀ ਸਰਨ ਪਵੋ ਜੋ ਸਾਰੇ ਪਾਪ ਕੱਟ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ